गुरु जी का खालसा, वाहिगुरु जी की फतेह। मेरा भला थोन सारे प्यार भर सत्या। अज के ब्लॉग की साड़ी ड्यूटी लग गई, जो कोई कमी बेसी हो तो सानू कमेंटा में जरूर दस्यो जी। बने रहो वीडियो दे नाल। ₹10 दोलिया 10 रुपए दोलिया इतने वोदिया फिर दी सारी ध्यान दे लो। मैं थोड़ा जहां जमी तो बुरा हाल हो पाया। रख दो मैं दे आना एक मिनट, मैं घर करन का काम देख लो। मैं जरा क्या आया कल से तो रोटी भी गया अपनी मोटरसाइकिल पर काम दे भी लब के लड़ा पड़ा। चलो मैं जाना काम के मोर अपना दे दा कि दे दा जी। कारण वीर कद्दा लभदा फिरदा इहनू। मैं पुत आपां ने दे के आउणी पापा जी नू रोटी। चलो फिर ਤਾਂ ਜਿਹੜੇ ਪੈਸੇ ਲੈ ਕੇ ਆ ਘਰ ਤੇ ਕਿਆ ਖਾਦਾ ਉਦੋਂ ਚੀਜੀ ਕਿਆ ਖਾਦਾ ਕਹੋ। ਬਿੰਗੋ ਟੇਡੇ ਮੇੜੇ ਬਿੰਗੋ ਟੇਡੇ ਮੇੜੇ ਉਹ ਨਾ ਤੂੰ ਟੇਡਾ ਮੇਡਾ ਹੋ ਜੀ। ਨਹੀਂ ਲੋ ਜੀ ਮਿਲੋ ਜੀ ਪਾਪਾ ਜੀ ਨੂੰ ਮੇਰੇ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸੁਨੀਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪਾਪਾ ਜੀ। ਹਾਂਜੀ ਕਮੈਂਟਾਂ 'ਚ ਬੰਦੇ ਕਹੀ ਜਾਂਦੇ ਆ ਵੀ ਪਾਪਾ ਜੀ ਨੂੰ ਰੈਸਟ ਦਿਓ ਹੁਣ। ਅਸੀਂ ਤੁਹਾਨੂੰ ਮੈਂ ਤਾਂ ਤੁਹਾਨੂੰ ਬਹੁਤ ਵਾਰ ਕਹਿ ਲਿਆ ਵੀ ਖੇਤੀ ਛੱਡ ਦਿਓ ਤੁਸੀਂ। ਹਾਂਜੀ ਤੇ ਤੁਹਾਡਾ ਕੀ ਵਿਚਾਰਾ ਹੁਣ? ਉਤ ਪਹਿਲਾਂ ਤਾਂ ਮੈਂ ਡਿਊਟੀ ਕਰੀ ਆ ਬਿਜਲੀ ਬੋਰਡ 'ਚ। ਹਾਂਜੀ 24-25 ਸਾਲ। ਹਾਂਜੀ ਉੱਥੇ ਕਿਸੇ ਦੇ ਨਹੀਂ ਕਹਾਇਆ, ਕੰਮ ਪੂਰਾ ਡਟ ਕੇ ਕਰਿਆ। ਹਾਂਜੀ ਹੁਣ ਮੈਂ ਰਿਟਾਇਰ ਹੋ ਗਿਆ, ਹੁਣ ਮੈਂ ਇੱਥੇ ਫੇਰ ਵੀ ਆਪਣਾ ਕੰਮ ਪੂਰਾ ਕਰਨਾ। ਮੈਂ ਜੀਵਨ ਸਾਥੀ ਮੇਰੇ ਨਾਲ ਦੇ ਤੇ ਜਿਹੜੇ ਹਾਂਜੀ ਉਹ ਸਾਰੇ ਲੰਘ ਗਏ ਉੱਪਰ। ਹਾਂਜੀ ਅਸੀਂ ਕੰਮ ਕਰਦੇ, ਅਸੀਂ ਫੇਰ ਵੀ ਐਨ ਆਪਣੀ ਜ਼ਿੰਦਗੀ ਜਿਉਂਦੇ ਹਾਂ। ਹਾਂ ਇੰਨਾ ਚਿਰ ਮੇਰੀ ਜ਼ਿੰਦਗੀ ਉਹਨਾਂ ਚਿਰ ਤਾਂ ਮੈਂ ਪੁੱਤ ਕਰੀ ਜਾਣਾ। ਹਾਂਜੀ ਬਾਕੀ ਦੇਖਿਆ ਜਾਊ ਫਿਰ ਬਾਅਦ 'ਚ। ਹਾਂ ਚਲੋ ਇਹਨਾਂ ਦਾ ਜੀਵਨ ਸਾਥੀ ਦਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਇਹਨਾਂ ਦੇ ਨਾਲ ਜਿੰਨੇ ਵੀ ਬੰਦੇ ਮਹਿਕਮੇ 'ਚ ਕੰਮ ਕਰਦੇ ਸੀ ਇਹਨਾਂ ਨਾਲ ਤੋਂ ਰਿਟਾਇਰ ਹੋਣ ਤੋਂ ਬਾਅਦ ਉਹ ਆਪਣੀ ਜੀਵਨ ਯਾਤਰਾ ਪੂਰੀ ਕਰ ਗਏ। ਕਿਸੇ ਨੂੰ ਕਿਸੇ ਤਰ੍ਹਾਂ ਦਾ ਰੋਗ ਲੱਗ ਗਿਆ, ਹੁਣ ਉਹ ਪਰਮਾਤਮਾ ਨੂੰ ਪਤਾ, ਇਹ ਕਹਿੰਦੇ ਵੀ ਮੈਂ ਕੰਮ ਨਹੀਂ ਛੱਡਣਾ ਹੈਗਾ ਜਦ ਤੱਕ ਮੇਰੇ 'ਚ ਜਾਨ ਹੈ। ਇੱਦਾਂ ਹੀ ਹੈ ਜੀ। ਹਾਂਜੀ ਚਲੋ ਲੱਗੇ ਰਹੋ, ਮਿਹਨਤ ਕਰਨਾ ਆਪਣਾ ਫਰਜ਼ ਹੈ, ਬਾਕੀ ਅੱਗੇ ਪਰਮਾਤਮਾ ਦੇ ਹੱਥਾਂ ਸਭ ਕੁਛ। ਸੁਨੀਲ ਕਰਦੇ ਠੀਕ ਹੈ ਤੇਰੇ? ਠੀਕ ਹੈ ਜੀ ਅਭੀ ਠੀਕ ਹੈ। ਚੱਲ ਧਿਆਨ ਰੱਖਣਾ ਉਹਦਾ। ਤੇ ਕਿਆ ਔਰ ਬਣਾਇਆ ਵਿਚਾਰ ਤਾਂ ਹੁਣ ਕੁਛ ਲਾਉਣ ਦਾ ਸਬਜ਼ੀ ਭਾਜੀ ਕਿ ਨਹੀਂ? ਹੁਣ ਤਾਂ ਵਿਚਾਰ ਬਣਾਇਆ ਬਣਾਇਆ ਕਣਕ ਕੁਣਕ ਨਹੀਂ ਵੇਰ ਕੇ ਜੀ, ਫਿਰ ਦੇਖਦੇ ਵੇਲੇ ਹੋ ਕੇ ਫਿਰ ਲਗਾਉਂਗੇ ਜੀ। ਤਾਂ ਕਣਕ ਵੱਢਣੀ ਆ? ਥਰੈਸਰ 'ਤੇ ਕੰਮ ਕਰਨਾ ਜੀ, ਗਾਹੀ ਕਰਨਾ ਥਰੈਸਰ 'ਤੇ ਜੀ। ਅੱਛਾ ਅੱਛਾ ਥਰੈਸਰ ਪਰ ਗਾਹੀ ਕਰਨੀ ਆ, ਆਹ ਵੀ ਕਣਕ ਵੱਢ ਹੋਣੀ ਆ ਆਪਣੀ। ਹਾਂ ਜੀ ਹੈਗਾ ਕੋਈ ਬੰਦਾ? ਹਾਂ ਹੈ ਨੀ ਜੀ। ਥਰੈਸ਼ਰ ਦਾ ਤਾਂ ਸੀਜ਼ਨ ਹੁਣ ਚੱਲਦਾ ਕਿ ਬਸ ਨਾ ਦੁਪਹਿਰ ਜਾਣ ਉੱਥੇ? ਅੱਛਾ ਅੱਜ ਦੁਪਹਿਰ ਤੇ ਲੱਗ ਜਾਣਾ ਥਰੈਸ਼ਰ ਪਰ ਜਾਣ। ਹਾਂ ਜੀ ਧੀਰੇ ਨੇ ਆ। ਅੱਛਾ ਅੱਛਾ ਧੀਰੇ ਨਾਲ। ਹਾਂ ਦੁਪਹਿਰ ਤੱਕ ਇਧਰ ਆਪਣਾ ਕੰਮ ਕਰ ਲੈਂਦੇ ਆ ਜੀ। ਹਾਂ ਚਲ ਠੀਕ ਆ ਠੀਕ ਆ, ਖਿੱਚ ਕੇ ਰੱਖੋ ਕੰਮ ਨੂੰ। ਉਹ ਕਿੱਧਰ ਫਿਰੀ ਜਾਂਦਾ ਭੱਜਿਆ ਤੂੰ? ਕਿਆ ਤਿਤਲੀ? ਤਿਤਲੀ ਹੈ ਤਾਂ ਹੈ ਨੀ ਕੋਈ, ਉਰੇ ਆਏ ਨੀ ਪੁੱਤ, ਐ ਮਰਜੂਗੀ ਇਹ ਜਾਂ ਬੈਠੂਗੀ ਜ਼ਿਆਦਾ। ਆਏ ਨੀ ਰਹਿਣ ਦੇ, ਰਹਿਣ ਦੇ ਆ ਜਾ ਇੱਧਰ ਆ ਜਾ ਰਹਿਣ ਦੇ, ਨਾ ਫੜ ਪੁੱਤ। ਉਹ ਆਪਣੇ ਉਹਦਾ ਛੋਟਾ ਜਿਹਾ ਬੱਚਾ ਨਾ ਇੱਥੇ ਖੋ ਗਿਆ, ਉਹਨੂੰ ਲੱਭਦਾ ਫਿਰਦੀ ਆ ਉਹ ਫੁੱਲ। ਅੱਛਾ ਇੰਨਾ ਵੀ ਪਤਾ ਤੈਨੂੰ ਵੀ ਫੁੱਲਾਂ ਪਰ ਬਹਿੰਦੀ ਹੈ? ਆ ਨਾਲੇ ਗੰਨੇ ਤੇ ਲੱਗਣੇ ਤੇਰੇ ਪੱਛ ਲੱਤਾਂ ਪਰ, ਜਾਂ ਆਉਣੀ ਗਰਮੀ ਫਿਰ ਤਾਂ ਕਹਿੰਦਾ ਟੀ ਪੈ ਪੂ। ਤੂੰ ਕਹਿੰਦਾ ਮੈਂ ਚਾਹ ਪੀਣੀ ਆ, ਉਹ ਚੱਲ ਚਾਹ ਪਾਈ ਪੀਏ, ਪੀ ਲੈ ਚਾਹ ਠੰਡੀ ਕਰਾਂ ਉਹਨੂੰ, ਮੈਂ ਕਰਨੀ ਆ ਮਾਰ ਫੂਕਾਂ ਉਹਦੇ 'ਚ ਚੱਲ। ਹਾਂ ਮੂੰਹ ਪਰ ਪੈ ਜਾਣੀ। ਹਾਂ ਚੱਕ ਚੱਲ ਚੱਲ ਪੀ ਦੇਖ, ਠੰਡੀ ਆ ਦੇਖ ਉਹਨਾਂ ਨੇ ਪੀ ਲਈ। ਹਾਂ ਚੁੱਲ੍ਹਾ ਢੱਕਣ ਡੋਲੂ ਦਾ ਉਹ ਚੱਲੀਏ ਫਿਰ। ਹਾਂ ਸ਼ਾਮ ਕੀ ਨਾ ਕਰਨੀ, ਇਹ ਤਾਂ ਦੁਪਹਿਰ ਤੱਕ ਦਾ, ਬਸ ਦੁਪਹਿਰ ਨੂੰ ਕੰਮ ਖਤਮ ਹੋ ਜਾਣਾ ਉਰੇ। ਫਿਰ ਉਹਦੇ ਚ ਪ੍ਰਸ਼ਾਦਾ ਸਬਜ਼ੀਆਂ
ਚੱਕ ਚਾਹ ਵੀ ਚੱਲ ਚੱਲੀਏ ਫਿਰ ਛੇਤੀ ਕਰ ਚੱਲ ਚੱਲੀਏ ਆਪਾਂ ਘਰ ਨੂੰ ਪੀ ਲਾ ਉਧਰ ਪਾਛਾ ਪਰ ਉਹਦਾ ਜਿਹੜਾ ਇੱਕ ਅੱਧਾ ਗੰਨਾ ਜੰਮਿਆ ਵਾ ਖੇਤ ਚ ਉਹ ਵੀ ਤੋੜ ਦੇ ਥੱਲੇ ਪੈਰ ਦੇਖ ਕੇ ਰੱਖ ਲਾ ਗੰਨਾ ਤਾਂ ਆ ਘੱਟੇ ਆ ਜੀ ਪਰ ਪਾਪਾ ਜੀ ਕਹਿੰਦੇ ਰੱਖਣਾ ਇਹ ਚਲੋ ਦੇਖਦੇ ਆ ਕਿਤੇ ਕਿਤੇ ਦਿਖਦਾ ਡੱਕੇ ਹਾਂਜੀ ਅੱਛਾ ਦੁੱਧ ਠੀਕ ਆ ਦੁੱਧ ਲੈ ਜਾਵਾਂਗੇ ਜੀ ਦੁੱਧ ਵਾਲਾ ਡੋਲੂ ਚੱਕ ਚੱਲ ਚੱਲੀਏ ਅੱਛਾ ਤੈਨੂੰ ਪਹਿਲਾਂ ਹੀ ਪਤਾ ਸੀ ਤੈਨੂੰ ਲੈ ਕੇ ਹੀ ਪੁੱਤ ਮੈਂ ਡੋਲੂ ਚੱਕਣ ਵਾਸਤੇ ਆਇਆ ਸੀ ਚਲੋ ਫਿਰ ਆਹ ਤਾਂ ਸਰੋਂ ਆ ਫਿਰ ਸਰੋਂ ਪੱਕੀ ਦਾ ਕਿਆ ਮਤਲਬ ਆ ਖੰਡਾਣ ਇਹਨੂੰ ਪਾਪਾ ਜੀ ਨੇ ਬਹੁਤ ਮਿਹਨਤ ਕਰੀ ਇਹਦੇ ਪਰ ਬੀਜ ਬਣਾਉਣਾ ਇਹਦਾ ਪਾਪਾ ਜੀ ਕਹਿੰਦੇ ਕਬੂਤਰ ਆਉਂਦੇ ਮਗਰ ਨਾ ਪਾਇਆ ਤੂੰ ਜਿਹੜਾ ਕੰਮ ਕਰਨ ਵਾਲਾ ਉਹ ਕਰ ਲਾ ਪੜ੍ਹਨ ਦੀ ਉਮਰ ਆ ਤੇਰੀ ਪੜ੍ਹ ਲਾ ਹਾਂ ਕਬੂਤਰ ਫੜਾਉਂਦਾ ਤੈਨੂੰ ਕਰੂੰਗਾ ਲੋਟ ਤੇਰੇ ਕਬੂਤਰ ਮੈਂ ਚੱਲ ਜਾ ਕੇ ਤੇਰਾ ਦੇਖਣਾ ਹੁਣ ਸਕੂਲ ਦਾ ਕੰਮ ਕਿਆ ਹੈ ਵਾ ਕਿਆ ਨਹੀਂ ਚੱਲ ਆ ਜਾਓ ਜੀ ਸਕੂਲ ਦਾ ਕੰਮ ਦਿਖਾਓ ਕਿਹੜਾ ਕਰਿਆ ਤੁਸੀਂ ਕਾਪੀ ਤੇਰੀ ਉੱਥੇ ਪਈ ਸਵੇਰ ਦੀ ਜਿੱਥੇ ਮੈਡਮ ਨੇ ਛਡਾਤੀ ਚੱਲ ਥੋੜਾ ਜਿਹਾ ਪੜ੍ਹ ਕੇ ਤਾਂ ਸੁਣਾ ਦੇ ਕਿਆ ਲਿਖਿਆ ਵਾ ਹਿੰਦੀ ਚ ਪੜ੍ਹੀ ਜਾਂਦਾ ਜੀ ਪੰਜਾਬੀ ਹਜੇ ਰਾਰਾ ਹੈ ਕਿਆ ਬਣਿਆ ਫੇਰ ਉਹੀ ਬਸਤੇ ਵਾਲੇ ਪਰੇ ਆ ਗਿਆ ਘੁੰਮ ਕੇ ਬੱਬੇ ਕਹਿੰਦਾ ਬਾ ਬੱਬੇ ਕਹਿੰਦਾ ਬਾ ਬਾਬਾ ਹਿੰਦੀ ਉਹ ਪੜ੍ਹੀ ਜਾਂਦਾ ਪੰਜਾਬੀ ਨੂੰ ਪੰਜਾਬੀ ਲੱਗੀ ਹੋਣਾ ਚੱਲ ਅੱਗੇ ਵਾਲਾ ਕੱਕੇ ਕਹਿੰਦਾ ਕਾਕੇ ਦੇ ਬਾਅਦ ਚੱਲ ਠੀਕ ਆ ਚੱਲ ਹੁਣ ਜਿਹੜਾ ਪੁੱਤ ਗਾਂ ਕੰਮ ਭੇਜਿਆ ਉਹ ਵੀ ਕਰਨ ਦੀ ਤਿਆਰੀ ਕਰ ਲਾ ਆਪਣੀ ਸ਼ਾਮ ਨੀ ਹੁਣੇ ਕਰਨਾ ਸ਼ਾਮ ਸ਼ੂਮ ਨੂੰ ਨੀ ਹੋਣਾ ਚੱਲ ਸ਼ਾਮ ਨੂੰ ਭੇਜ ਦੂੰਗਾ ਸ਼ਾਮ ਨੂੰ ਕਰ ਲਈ ਆ ਜਿਹੜਾ ਦੀਦੀ ਨੇ ਲਾਊਗੀ ਕਲਾਸ ਤੇਰੀ ਪੁੱਤ ਲੱਗੂ ਪਤਾ ਤੈਨੂੰ ਹੁਣ ਥੋੜੀ ਨੀ ਆਉਣੇ ਵਾਲੀ ਉਹ ਵੀ ਨਾਨਕਿਆਂ ਨੂੰ ਗਈ ਵੀ ਆ ਫਿਰ ਲੱਗੂ ਕਲਾਸ ਤੇਰੀ ਲਓ ਜੀ ਮਿਲੋ ਜੀ ਮਲਕੀਤ ਸੀ ਬਾਈ ਨੂੰ ਸਤਿ ਸ੍ਰੀ ਅਕਾਲ ਜੀ ਬਾਈ ਵੱਡਾ ਕੋਈ ਕਣਕ ਦਾ ਭੋਰਾ ਕਿ ਨਹੀਂ ਵੱਡਿਆ ਰਾਤ ਅੱਛਾ ਰਾਤ ਰਾਤ ਵੱਡੀ ਆ 9 ਵਜੇ ਕਾਲੇਦਾਰ ਮੈਨੂੰ ਸਮਝ ਨੀ ਲੱਗਦੀ ਜਿਹੜੇ ਆਪਣੇ ਬੰਦਿਆਂ ਦੀ ਕਣਕ ਉਹ ਕਹਿੰਦਾ ਮੈਂ ਰਾਤ ਨੂੰ 12 ਵਜੇ ਵੱਢੂਗਾ ਦਿਨ ਚ ਨੀ ਵੱਢਣੀ ਕਹਿੰਦਾ ਮੈਨੂੰ ਵੀ ਕਹਿੰਦਾ ਮੈਨੂੰ ਵੀ ਆਪ ਕਹਿੰਦਾ ਰਾਤ ਨੂੰ ਨੰਬਰ ਲਾਊਗਾ ਤੇਰਾ ਤੂੜੀ ਬਣਦੀ ਆ ਰਾਤ ਤਾਂ ਕਹਿੰਦਾ ਉਹ ਅੱਛਾ ਤੂੜੀ ਰਾਤ ਨੂੰ ਜ਼ਿਆਦਾ ਬਣਦੀ ਆ ਕਣਕ ਦਾ ਵੀ ਪਤਾ ਲੱਗਦਾ ਵੀ ਕਣਕ ਗਿਰੀ ਥੱਲੇ ਕੋ ਉੱਪਰ ਨਹੀਂ ਜਰਦੀ ਹਾਂ ਜਮਾਂ ਵੀ ਨਹੀਂ ਜਰਦੀ ਕਣਕਾਂ ਕੁੜਕੀਆਂ ਜ਼ਿਆਦਾ ਹਾਂ ਮੌਸਮ ਵੀ ਖਰਾਬ ਹੋ ਗਿਆ ਕਣਕ ਉਹਨੇ ਮੈਨੂੰ ਲੱਗਦਾ ਐਤਕੀ ਆਪਾਂ ਨੂੰ ਧੋ ਕੇ ਹੀ ਘਰ ਪਜਾਉਣੀ ਆ ਧੋ ਹੋ ਗਈ ਸੀ ਪਰ ਜਿਹੜੀ ਅੱਗ ਲੱਗੀ ਹੈ ਲਾ ਕਿੱਥੇ ਲੱਗ ਗਈ ਸੀ ਅੱਗ ਮਹਾਰਾਜ ਬਾਈ ਸਾਰਾ ਦੇ ਦਾਣੇ ਘਰ ਘਰ ਪਹੁੰਚਾ ਦੇਵੇ ਬਹੁਤ ਉਮੀਦਾਂ ਸਾਰਿਆਂ ਨੂੰ ਆਪਣੀ ਆਪਣੀ ਫਸਲਾਂ ਪਰ ਬਹੁਤ ਪਲਾਨ ਕੀਤੇ ਹੋਏ ਸਭ ਨੇ ਵੱਢਣੀ ਹੋਇਆ ਸਾਰੇ ਖਰਚੇ ਹਾਂ ਕਿੰਨੀ ਕੁ ਵੱਢ ਲਈ ਫਿਰ ਰਾਤ
ਮੱਡ ਲੈ ਚਾਰ ਕਿੱਲੇ ਕਿਆ ਝਾੜ ਝੂੜਾ ਰਿਹਾ ਝਾੜ ਦਾ ਕੋ ਵੱਡਾ ਲੱਸੂ ਵਾਲੇ ਹਾਂ ਲੱਗਦਾ ਤਾਂ ਸੋਹਣਾ ਹੈ ਅੱਛਾ ਹਾਂ ਕਣਕ ਵੀ ਵਧੀਆ ਦੀ ਉੱਥੇ ਚੱਲ ਠੀਕ ਹੈ ਠੇਕੇ ਵਾਲੀ ਠੇਕੇ ਵਾਲੀ ਹਾਂ ਜਿਹੜੀ ਕਾਲੇ ਵਾਲੀ ਜ਼ਮੀਨ ਹੈ ਕਿ ਦੂਈ ਜਿਹੜੀ ਸਾਂਝੀ ਤੁਹਾਡੀ ਕਾਲੇ ਉਹ ਬਾਲੀ ਕਾਲੇ ਵਾਲੀ ਠੀਕ ਹੈ ਠੀਕ ਹੈ ਸਾਂਝੀ ਤਾਂ ਵੱਢਣੀ ਹੈ ਜਾਂ ਹਾਂ ਉਹ ਵੀ ਦੇਖਦੇ ਹਾਂ ਹੁਣ ਦੇਖੀ ਜਾਈ ਇੱਕ ਗੱਲ ਆ ਆਪਣੀ ਕਣਕ ਹੈ ਨਾ ਆਪਣੀ ਵੀ ਰਾਤ ਨੂੰ ਵੱਢਣੀ ਹੈ ਸਾਡੀ ਵੀ ਰਾਤ ਨੂੰ ਤੇਰੀ ਵੀ ਰਾਤ ਨੂੰ ਵੱਢਣੀ ਹੈ ਦਿਨ ਚ ਵੱਢਦਾ ਲੋਕਾਂ ਦੇ ਨੱਠਿਆ ਫਿਰਦਾ ਕਦੇ ਉੱਧਰ ਨੂੰ ਕਦੇ ਉੱਧਰ ਨੂੰ ਪਰ ਟਾਈਮ ਵੀ ਆਉਣਾ ਨੱਠ ਭੱਜ ਕਰਕੇ ਹੀ ਚੱਲਣਾ ਕੰਮ ਉਹੀ ਗੱਲ ਹੈ ਆਏ ਨਾ ਜਿਹਦੀ ਪਹਿਲਾਂ ਵੱਢਦੇ ਤੁਸੀਂ ਛੱਡ ਨਹੀਂ ਦਿਓ ਇਹਲਾ ਵਢਾਉਂਦਾ ਨਹੀਂ ਰਾਤ ਨੂੰ ਸੱਤ ਨਹੀਂ ਵਢਾਉਣੀ ਬਾਈ ਆਪਣੀ ਵੱਢੀ ਜਾਂਦੇ ਤੁਸੀਂ ਰਾਤ ਨੂੰ ਕੋਈ ਗੱਲ ਹਾਂ ਹੈ ਕਿ ਨਹੀਂ ਚੱਲ ਮੈਨੂੰ ਦਿੱਤੀ ਵੀ ਉਹਨੇ 17 ਤਰੀਕ ਦੇਖਦਾ ਵੀ ਮੇਰੇ ਦਿਨ ਚ ਆਉਂਦਾ ਕਿ ਰਾਤ ਨੂੰ 12 ਵਜੇ ਆਉਂਦਾ ਪਰ ਇੱਕ ਗੱਲ ਹੈਗੀ ਹੈ ਕਿ ਰਾਤ ਨੂੰ ਸਾਲੀ ਵਢਾਈ ਦਾ ਨਹੀਂ ਜਾਵਾ ਹਾਂ ਨਾ ਗਰਮੀ ਨਾ ਧੂੜ ਦੇ ਕਿਸੇ ਨਾ ਕੁਛ ਹੈ ਇਹ ਤਾਂ ਤੂੜੀ ਢੋਣ ਦਾ ਵੀ ਰਾਤ ਨੂੰ ਯਾਰ ਕਣਕ ਵੱਢਣ ਦਾ ਵੀ ਬਸ ਥੋੜਾ ਜਿਹਾ ਹੈ ਵੀ ਨੁਕਸਾਨ ਦਾ ਨਹੀਂ ਪਤਾ ਲੱਗਦਾ ਰਾਤ ਨੂੰ ਵੀ ਬੱਲ ਵੀ ਪਤਾ ਲੱਗਣਾ ਬੱਲ ਦੇਖ ਲੈ ਬਾੜੀ ਤੋਂ ਪਿੱਛੇ ਹਾਂ ਜੇ ਦੂਜਾ ਦਾਣਾ ਥੱਲੇ ਨਿਕਲ ਕੇ ਗਿਰ ਜਵੇ ਫੇਰ ਉਹਦੇ ਨਹੀਂ ਕਰਦਾ ਹੈਗਾ ਹਾਂ ਕਿਹੜੇ ਸੜੀ ਅੱਜ ਤਾਂ ਮਸ਼ੀਨ ਨਵੀਂ ਉਹਦੇ ਕਰਕੇ ਵੀ ਫਰਕ ਆ ਹੋਰ ਹਾਂ ਚੱਲ ਦੇਖਦੇ ਹਾਂ ਕਿਆ ਕਹਿੰਦਾ 17 ਤਰੀਕ ਦਿੱਤੀ ਵੀ ਉਹਨੇ ਮੈਨੂੰ 17 ਤਰੀਕ ਨੂੰ ਲਾਉਂਦਾ ਕਿ ਨਹੀਂ ਲਾਉਂਦਾ ਮੈਂ ਲਾਊਗਾ ਫਿਰ ਤਾਂ ਹਾਂ ਦੇਖਦੇ ਹਾਂ ਇਹ ਕਹਿੰਦਾ ਦਿਨੇ ਪਿਛੇ ਅੱਗੇ ਪਿਛਾ ਹੁੰਦਾ ਜਿਹੜੀ ਤਰੀਕ ਦਿੱਤੀ ਵੀ ਐ ਲੰਬਾ ਚੌੜਾ ਕੰਮ ਨਹੀਂ ਨਾ ਮੈਨੂੰ ਪਹਿਲਾਂ ਤਾਂ ਮੈਨੂੰ 16 ਕਹਿੰਦਾ ਤਾਂ 16 ਤੇ ਫਿਰ ਬਸ 17 ਵਜਾ ਰਿਹਾ ਹੁਣ ਦੇਖਦਾ ਵੀ 17 ਨੂੰ ਆਉਂਦਾ ਕਿ ਨਹੀਂ ਆ ਜਾਣਾ ਜੀ ਚੱਲ ਦੇਖਦੇ ਹਾਂ ਹਾਂ ਓ ਘਰ ਨਹੀਂ ਨੀਂਦ ਆਈ ਤੈਨੂੰ ਕੀ ਗੱਲ ਉਰੇ ਬਹਿਣਾ ਲਓ ਜੀ ਆਹ ਚੱਲਦੀ ਆ ਤਿੰਦੇ ਦੀ ਮਸ਼ੀਨ ਸਾਹਮਣੇ ਇਹਦੇ ਬਾਅਦ ਇਹਨੇ ਜਿਹੜਾ ਪਿੰਡ ਸਰਬਜੀਤ ਤੇ ਬਣਾਊਗਾ ਜਾ ਕੇ ਸਰਬਜੀਤ ਇਹਨੂੰ ਮਿਲਣਾ ਹੈ ਡਰਾਈਵਰ ਇਹਦਾ ਗਿਆ ਵਾ ਪ੍ਰਸ਼ਾਦਾ ਸਕਣ ਹਾਂ ਸਰਬਜੀਤ ਕਿਆ ਕਹਿੰਦਾ ਦਿੰਦਾ ਦਿੰਦਾ ਕਹਿੰਦਾ ਵੀ ਬਸ ਆ ਬਾਈ ਇੱਕ ਕਾਂਦੀ ਰਹਿ ਗਈ ਤੇ ਬਾਅਦ ਬਣਾ ਦਿੰਦੇ ਕਹਿੰਦਾ ਪਿੰਡ ਅੱਛਾ ਚੱਲਦੀ ਰਾਜੂ ਬਾਈ ਦੇ ਹੁਣ ਠੀਕ ਆ ਠੀਕ ਆ ਮੌਸਮ ਵੀ ਖਰਾਬ ਹੋ ਗਿਆ ਬੱਦਲ ਬਾਈ ਜੀ ਹੋਈ ਪਈ ਆ ਹਾਂਜੀ ਤਿੰਦਾ ਜੀ ਮੇਰਾ ਨੰਬਰ ਕਦ ਲੱਗਣਾ ਤੁਹਾਡਾ ਲੱਗਣਾ ਹੀ ਜਗਦੀਪ ਤੇ ਬਾਅਦ ਜਗਦੀਪ ਦਾ ਤਾਂ 25 ਦਿਨਾਂ ਨੂੰ ਕਣਕ ਵਢਾਉਣੀ ਆ ਫਿਰ ਮੈਂ ਜਦ ਤੱਕ ਥੋੜਾ ਅਟਕੂਗਾ ਯਾਰ ਨਹੀਂ ਯਾਰ ਉਹਦੀ ਕੱਲ ਕੋਲ ਨੂੰ ਵੱਢ ਹੋ ਜਾਣੀ ਫਿਰ 5-4 ਦਿਨਾਂ ਬਾਅਦ ਤੁਹਾਡਾ ਨੰਬਰ ਅੱਛਾ ਮੇਰੀ ਗੱਲ 5-6 ਦਿਨ ਮੇਰੀ ਵੱਢ ਹੋਣੀ 17 ਤਰੀਕ ਨੂੰ ਪਰਸੋਂ ਨੂੰ ਕਾਲੇ ਨੇ ਟਾਈਮ ਦਿੱਤਾ ਵਾ ਮੈਨੂੰ 2-3 ਦਿਨ ਧੁੱਪ ਦੇ ਲੱਗ ਜਾਣੇ ਨੂੰ ਸਮਝ ਲਾ 2-3 ਦਿਨ ਬਲਵਾ ਦਾ ਕਣਕ ਕੁੜਕ ਲੱਗ ਜੂਗੀ 23 ਤਰੀਕ ਤੱਕ ਚੱਲ ਠੀਕ ਆ ਫਿਰ ਤਾਂ ਚੱਲ 23 ਤਰੀਕ ਨੂੰ ਮਿਲੂਗਾ ਹੁਣ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਇੱਥੇ ਤੱਕ ਵੀ ਸਾਨੂੰ ਲਾਈਕ ਸ਼ੇਅਰ ਕਮੈਂਟ ਕਰੋ।